ਇਤਾ ਸੀਜੇ ਬੰਬੀ ਹਾ ਬੋਲੇ ਓਏ ਗਾਣਾ ਮੇਰਾ ਆ ਚੁੱਕਣਾ ਸੀਜੇ ਪਰ ਥੋੜਾ ਜਾ ਕਿਸੇ ਪ੍ਰੋਬਲਮ ਕਰਕੇ ਲੇਟ ਹੋ ਗਿਆ ਕਹਿੰਦੇ ਜਦੋਂ ਕੋਈ ਹਥਿਆਰ ਨਾ ਕੰਮ ਹੋਵੇ ਤਾਂ ਭੈਣ ਜੀ ਅਰਦਾਸ ਤੋਂ ਵੱਡਾ ਹਥਿਆਰ ਕੋਈ ਨਹੀਂ ਹੁੰਦਾ ਕਹਿੰਦੇ ਜਦੋਂ ਆਪਾਂ ਦਿਲੋਂ ਕਰਦੇ ਹਾਂ ਤਾਂ ਧੁਰ ਦਰਗਾਹ ਤੱਕ ਪਹੁੰਚਦੀ ਹੈ ਵੇ ਤੂੰ ਵੱਡੇ ਪੈਰੀ ਗਿਆ ਛੋਟੇ ਪੈਰੀ ਆ ਜਾ ਜਿਹੜੀ ਬਲਦੀ ਕਲੇਜੇ ਵਿੱਚ ਠੰਡ ਮਾਪਿਆਂ ਦੇ ਪਾ ਜਾ ਵੇ ਤੂੰ ਵੱਡੇ ਪੈਰੀ ਗਿਆ ਤੇ ਨਿੱਕੇ ਪੈਰੀ ਆ ਜਾ ਇਹ ਸੀ ਜੀ ਬੰਬੀ ਹਾ ਬੋਲੀ ਬਹੁਤ ਖੁਸ਼ ਹੋ ਜੀ ਤੁਸੀਂ ਵਾਹਿਗੁਰੂ ਤੁਹਾਨੂੰ ਏਦਾਂ ਹੀ ਖੁਸ਼ ਰੱਖੇ ਤੇ ਇਹਦੇ ਨਾਲ ਜੀ ਸੁਰਮਾ ਕਿਹੜੀਆਂ ਅੱਖਾਂ ਦੇ ਵਿੱਚ ਪਾਵਾਂ ਵੀ ਅੱਖਾਂ 'ਚ ਤੂੰ ਵੱਸਦਾ ਉਸ ਬਾਅਦ ਸਾਡੇ ਬੀਬਾ ਕਮਲ ਭੈਣ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੁਸੀਂ ਇੰਨੇ ਇਕੱਠ 'ਚ ਇੰਨੀ ਰਾਤ ਨੂੰ ਮੇਰਾ ਪ੍ਰੋਗਰਾਮ ਦੇਖਣਾ ਉਹ ਮੇਰੇ ਲਈ ਬੜੇ ਮਾਣ ਵਾਲੀ ਗੱਲ ਅਤੇ ਮੈਂ ਤੁਹਾਡੀ ਫੈਮਿਲੀ ਨੂੰ ਮੁਬਾਰਕਬਾਦ ਦਿੰਦੀ ਹਾਂ ਜਿਨ੍ਹਾਂ ਨੇ ਮੇਰੇ ਪ੍ਰੋਗਰਾਮ 'ਤੇ ਵਿਸ਼ਵਾਸ ਕਰਕੇ ਆਪਦੀ ਇੱਜ਼ਤ ਨੂੰ ਇੱਥੇ ਲੈ ਕੇ ਆਏ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਹੁੰਦੀ ਹੈ ਜੀ ਹੈ ਨਾ ਇੱਕ ਖੁੱਲ੍ਹੇ ਗਰਾਊਂਡ ਦੇ ਅੰਦਰ ਰਾਤ ਦੇ ਪ੍ਰੋਗਰਾਮ 'ਚ ਅਗਰ ਤੁਸੀਂ ਮੈਨੂੰ ਸੁਣਨ ਆਏ ਹੋ ਤਾਂ ਹੋਰ ਮੈਨੂੰ ਪਰਮਾਤਮਾ ਤੋਂ ਕੀ ਚਾਹੀਦਾ ਸ਼ੁਕਰੀਆ ਹਾਂਜੀ ਸਰਮਾ ਕਿਹੜੀਆਂ ਅੱਖਾਂ ਦੇ ਵਿੱਚ ਪਾਵਾਂ ਵੀ ਅੱਖੀਆਂ 'ਚ ਤੂੰ ਵੱਸਦਾ ਉਸ ਬਾਅਦ ਕਹਿੰਦੇ ਮਗਰਮੱਛ ਦੇ ਹੰਝੂ ਨਕਲੀ ਯਾਰ ਬਹਾਉਂਦੇ ਨੇ ਮਗਰਮੱਛ ਦੇ ਹੰਝੂ ਨਕਲੀ ਯਾਰ ਬਹਾਉਂਦੇ ਨੇ ਦਾਲ ਅੱਗੇ ਤੋਂ ਬੁੱਕਲ ਦੇ ਸੱਪ ਡੰਗ 'ਚ ਲਾਉਂਦੇ ਨੇ ਦੀਨ ਧਰਮ ਤੋਂ ਹੱਲੇ ਦਾ ਇਤਬਾਰ ਨਹੀਂ ਹੁੰਦਾ ਦੀਨ ਧਰਮ ਤੋਂ ਹੱਲੇ ਦਾ ਇਤਬਾਰ ਨਹੀਂ ਹੁੰਦਾ ਨਮਕ ਹਰਾਮੀ ਬੰਦੇ ਦਾ ਕੋਈ ਯਾਰ ਨਹੀਂ ਹੁੰਦਾ ਕਹਿੰਦੇ ਜਣੇ ਖਣੇ ਨਾਲ ਲੋਕੋ ਇਸ਼ਕ ਵਪਾਰ ਨਹੀਂ ਹੁੰਦਾ ਨਮਕ ਹਰਾਮੀ ਬੰਦੇ ਦਾ ਕੋਈ ਯਾਰ ਨਹੀਂ ਹੁੰਦਾ ਪਹਿਲਾਂ ਤੀਜਾ ਪੰਜਾਬ ਉਸ ਬਾਅਦ ਸੁਰਮਾ ਕਿਹੜੀਆਂ ਅੱਖਾਂ ਦੇ ਵਿੱਚ ਪਾਵਾਂ ਉਸ ਬਾਅਦ ਬੀਬਾ ਕਮਲ ਜੀ ਲੰਮੀ ਟਰਨ ਆ ਜਿਓ ਜੀ ਪਹਿਲਾਂ ਮੈਨੂੰ ਐਂ ਦੱਸੋ ਵੀ ਕਿਸੇ ਨੂੰ ਚਿੰਤਾ ਹੈਗੀ ਵੀ ਮੈਂ ਚਾਹ ਪੀਤੀ ਹੈ ਕਿ ਨਹੀਂ ਕਿਉਂ ਪਰ ਇੱਕ ਸੈਕਿੰਡ ਲਈ ਚੁੱਪ ਕਰੋਗੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ ਜੇ ਮਾੜਾ ਜਿਹਾ ਚੁੱਪ ਕਰ ਦਿਓ ਹਾਂਜੀ ਹਾਂਜੀ ਮੈਨੂੰ ਪਤਾ ਜੀ ਮੈਨੂੰ ਪਤਾ ਜੀ ਮੈਨੂੰ ਪਤਾ ਜੀ ਮੈਨੂੰ ਪਤਾ ਪਰ ਜੇ ਇੱਕ ਸੈਕਿੰਡ ਚੁੱਪ ਕਰ ਜਾਓ ਹੱਥ ਬੰਨ ਕੇ ਬੇਨਤੀ ਹੈ ਮੈਂ ਇੱਕ ਗੱਲ ਤੁਹਾਨੂੰ ਹੀ ਕਹਿਣੀ ਹੈ ਆਈ ਲਵ ਯੂ ਕਹਿੰਦੇ ਪਿਆਰ ਬੜੀ ਪਵਿੱਤਰ ਚੀਜ਼ ਹੈ ਜੀ ਜਦੋਂ ਪਿਆਰ ਤੇ ਇਸ਼ਕ ਦਾ ਨਾਂ ਆਉਂਦਾ ਨਾ ਆਮ ਕਰਕੇ ਆਪਾਂ ਮਰਦ ਤੇ ਔਰਤ ਦੀ ਖੇਡ ਸਮਝ ਲੈਂਦੇ ਹਾਂ ਤੇ ਪਿਆਰ ਦਾ ਨਾਂ ਆਉਂਦਾ ਪਰ ਪਿਆਰ ਇੱਕ ਐਸੀ ਚੀਜ਼ ਹੈ ਕਹਿੰਦੇ ਜੇ ਬੰਦਾ ਆਪਦੇ ਕੰਮ ਨਾਲ ਕਰ ਲੈ ਨਾ ਤੇ ਪਰਮਾਤਮਾ ਨੂੰ ਮਿਲ ਲੈਂਦਾ ਪਿਆਰ ਇੱਕ ਐਸੀ ਚੀਜ਼ ਹੈ ਆਪਦੀ ਫੈਮਿਲੀ ਨਾਲ ਕਰ ਲੈ ਜਗ੍ਹਾ ਨੂੰ ਮੈਂ ਮਿਸ ਨਾ ਕਰ ਤੇ ਇਹਦੇ ਨਾਲ ਜੀ ਮਾੜੇ ਬੰਦੇ ਕੋਲ ਸੋਭਦਾ ਨਹੀਂ ਅਸਲਾ ਮਾਰ ਦੀ ਸ਼ਕੀਨੀ ਹੈ ਕਬੀਲਦਾਰ ਨੂੰ ਕਹਿੰਦੇ ਕੱਲੀ ਤੁਰੀ ਦੁਨੀਆਂ ਦੀ ਭੀੜ 'ਚ ਬਚੀ ਤਾਂ ਬਚੀ ਨਹੀਂ ਤਾਂ ਨਾ ਸਹੀ ਕੱਲੀ ਤੁਰੀ ਦੁਨੀਆਂ ਦੀ ਭੀੜ 'ਚ ਬਚੀ ਤਾਂ ਬਚੀ ਨਹੀਂ ਤਾਂ ਨਾ ਸਹੀ ਗਾਣਾ ਕੰਨਾਂ ਲਈ ਗਾਇਆ ਅੱਖਾਂ ਲਈ ਨਹੀਂ ਗਾਣਾ ਕੰਨਾਂ ਲਈ ਗਾਇਆ ਅੱਖਾਂ ਲਈ ਨਹੀਂ ਗੱਲ ਪਚੀ ਤਾਂ ਪਚੀ ਨਹੀਂ ਤਾਂ ਨਾ ਸਹੀ ਕੱਲੀ ਤੁਰੀ ਦੁਨੀਆਂ ਦੀ ਭੀੜ 'ਚ ਬਚੀ ਤਾਂ ਬਚੀ ਨਹੀਂ ਤਾਂ ਨਾ ਸਹੀ ਗਾਣਾ ਕੰਨਾਂ ਲਈ ਗਾਇਆ ਅੱਖਾਂ ਲਈ ਨਹੀਂ ਗਾਣਾ ਕੰਨਾਂ ਲਈ ਗਾਇਆ ਅੱਖਾਂ ਲਈ ਨਹੀਂ ਗੱਲ ਪਚੀ ਤਾਂ ਪਚੀ ਨਹੀਂ ਤਾਂ ਨਾ ਸਹੀ ਓਏ ਗੱਲ ਮੂੰਹ ਤੇ ਕਹੀ ਹੈ ਗੱਲ ਮੂੰਹ ਤੇ ਕਹੀ ਹੈ ਪਿੱਠ ਪਿੱਛੇ ਨਹੀਂ ਗੱਲ ਜਚੀ ਤਾਂ ਜਚੀ ਨਹੀਂ ਤਾਂ ਨਾ ਸਹੀ ਨਹੀਂ ਤਾਂ ਨਾ ਸਹੀ ਹਾਂਜੀ ਵੱਜਦਾ ਜੋ ਜਾੜਾ ਕਰ ਲੱਗਿਆ ਮਾਰ ਬੰਦ ਕੋਲ ਸੋਭਦਾ ਲਿਆ ਮਾਰ ਦੀ ਸ਼ਕੀਨੀ ਹੈ ਕਬੀ ਹਾਂ ਮਾਰ ਦੀ ਸ਼ਕੀਨੀ ਹੈ ਮਾਰ ਦੀ ਸ਼ਕੀਨੀ ਹੈ ਕਬੀ ਹੋ
पाइए ना सुतोरिया सोना बाग चूड़ियां गला गोरिया गुरु कर जाके पाइए ना चकनी बहुत सुन ले मत चकनी बहुत सौखी है पर भरनी बहुत औखी दोब दिन मिट चकी जिमीदार मारे बदन सोब दानिया जेना मार दिश भी नहीं है हाय मार दिश भी नहीं है हाँ मार दिश भी नहीं है कभी बिच ही सजर मुक गए सिद्धू आईना भी कदे रवाई दाने सिद्धू आईना भी कदे रवाई दाने
देखो जी किन्ना सोहना मौसम है ते जो इन्ने सोहने मौसम च तोता फिरदा होए ते किन्ना सोहना लगदा ना जी पैरट पैरट तोता तेरियां ते मेरियां जो गल्लां होंदियां तो हुण हो लैण दे साडे सत्कारयोग स्वर्गीय सरदार जसवीर सिंह पंगू साहब उन्हां दी याद विच चौंतीवां टूरनामेंट करवाया जा रहा है। इहदे च डरन वाली की गल है का तू टेढ़ा टेढ़ा तक दे तू का तू टेढ़ा टेढ़ा तक दे तू ए गली सरकारी क्यों भैन जी ए गली सरकारी सानू रोक नहीं सकदी तू सानू रोक नहीं सकदी तू सस मेरी नू है तेले चो नैने दे टूट जे ना नवी नवी होई मंगनी वे टूट जे ना नवी नवी होई मंगनी है दिल धड़के सोने बारी खोल के वाहे गुरु बोल के
खोल के वाहेगुरु बोल के नी सीटी उते बैठ बलिए ਗੱਲਾਂ ਪਿਆਰ ਦੀਆਂ ਸਾਡੇ ਨਾਲ ਕੀਤੀਆਂ ਸੀ ਜੋ ਭੁੱਲ ਜਾਣ ਵਾਲਿਆ ਵੇ ਤੈਨੂੰ ਇੱਕ ਵਾਰੀ ਉਹ ਗੱਲਾਂ ਯਾਦ ਕਰਵਾਵਾਂ ਜੀ ਸਰ ਜੀ ਸਰ ਡੂੰਘਾ ਵਾਲਾ ਹਾਲ ਵੀ ਪਰ ਕੌਣ ਮੰਨਦਾ ਸਾਰੇ ਜਹਾਜ਼ ਚੜ੍ਹਨਾ ਚਾਹੁੰਦੇ ਥੈਂਕ ਯੂ ਸ਼ੰਭੂ ਬਾਜੀ ਹਾਜ਼ਰੀ ਭਰਨੀ ਵੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਸਰ ਜੀ ਆਏ ਡਾਬਾਲੀ ਸਾਹਿਬ ਹਾਂਜੀ ਮਿਰਜ਼ਾ ਜੀ ਪਿੰਡ ਡਾਬਾਲੀ ਸਾਹਿਬ ਦੇ
गीत भी। थैंक यू राजू, थैंक यू। पक्का जी पक्का, श्योर ना टप्पा क्यों आप पूरा गावांगे। हाय वीरे तू की खाता, राज के रवामा। चलो चलो ये तो एंजॉय करना ही है ना, करना भी चाहिए। मुड़ के तो नोन तेल के चक्कर ही नहीं मुकते, मान लेनी चाहिए जिंदगी। मिर्जा राज के रवामा दूंगा वाला हलवे सारे नवे पुराने गीता का दौर पहला। कहते बदलना अपने आप में जो कोई वड्डी गल नहीं एवं पहाड़ लगता, बदलना अपने आप में जो कोई वड्डी गल नहीं एवं पहाड़ लगता है। बिना वर्दी तो की पता लगना, बिना वर्दी तो की पता लगना, वर्दी पाई तो ही थाने दार लगता है। कहते की दा पुत ते की दा हो पोता, की दा पुत ते की दा हो पोता, पग बन्नी तो ही सरदार लगता है, पग बन्नी तो ही सरदार लगता है, पग बन्नी तो ही सरदार लगता है। गल्लां प्यार दियां साडे नाल कीतियां सी, जाओ
ਤੈਨੂੰ ਰੱਜ ਕਰਾਂ के बुला के धीरे तेरी तेरा रुतबा काटदा जे हंस के बुला के धीरे कि तेरी तेरा रुतबा काटदा जे हंस के बुला तेरे के तेरी शान सोफता जे पाल में तेरे के तेरी तेरा रुतबा काटदा जे हंस के बुला तेरे पिछो जादू एहसास होने के ओ तो दिल कर नहीं पास होने के तेरा पिछो जादू एहसास होने के ओ तो दिल कर नहीं पास होने के रंगले जहान दिया रौनक जवी दिल किसे गलों दी उदास होने के रंगले जहान दिया रौनक जवी दिल किसे गलों दी उदास होने के मेहरमा मेहरमा जे मन समझाल में के तेरे मर्जा तेरी कली कर डूंगा वाला हाल जी सर कोशिश करांगे जी कोशिश जी राजी जरूर 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 पक्का ओके पहला बबी हाँ जी फिर मिर्जा फिर तेरी करे कर जो चुप करोगे फिर गाऊ उदों तक गाँव कमेटी वाले कहते फ्री की पेमेंट देवे बीबा बह जा पहला मैं आए दसो बया तुम 20 मिनट संघ पाड़े तो थोड़े सब के गल बैठे पे ना मैनू पता लगी जाता सवेरे जाके गर्म पानी पियो फिर खुशी च चीका मारो है ना बंबी हा बोले मजा पहला पहले एक गल दस प्यार सिद्धू 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 हाँ जी
ਤੁਸੀਂ ਸਿਆਣੇ ਹੋ ਸਮਝ ਗਏ ਮੈਂ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਨੀ ਚਾਹੁੰਦੀ ਕਦੇ ਵੀ ਮੈਂ ਕੰਟਰੋਵਰਸੀ ਚ ਨਹੀਂ ਪੈਣਾ ਚਾਹੁੰਦੀ ਸ਼ੁਭਦੀਪ ਸਿੱਧੂ 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 ਬੰਬੀਹਾ ਬੋਲ ਓ ਭਾਈ ਚਾਹ ਚੂ ਪੀ ਲਾ ਕਾਕਾ ਗਰਮ ਹਾਂਜੀ
ਸੱਚੀ ਦੀ ਕੰਤੀ ਵਿੱਚੋਂ ਉੱਠਦਾ ਕੋਈ ਰੋਵੇ ਤਾਂ ਕੋਈ ਪੁੱਛਦਾ ਨਹੀਂ ਬਾਬੀ ਹਲੋ ਨੀ ਹਲੋ ਨੀ ਬੋਲੇ ਨੀ ਬੋਲੇ ਨੀ ਹਲੋ ਨੀ ਬਾਬੀ ਹਲੋ ਨੀ कहते माड़े नू दबकाउणा काहदा जो पहला ही घाबर माड़े नू दबकाउणा काहदा जो पहला ही घाबर आउंदा फिर स्वाद जे अग्गों होवे पुत बराबर दा होवे पुत बराबर दा होवे पुत बराबर दा बहुत प्यारे बच्चे हो रब थानू बहुत सारिया खुशियां देवे कहते जो लिसनर भी अच्छा हो वे ऑफ टाकिंग भी अच्छा हो ते अखा की तकनी भी अच्छी हो तो पता लग जाता भी किसी संस्कारी घर के बच्चे कहते जो औरत किसी मर्द की पिठ ते हाथ धरती है ना उदो थापी दिंदी है भी चल पुत तेन रोकने वाला कोई नहीं ये चीजा परखन वाले परख लेंदे हैं ते आम लोगों लिए एक आलाम है हाँ जी वाह चो छे Yeah.
मुसो लैके गोलियां तक मुसो लैके गोलियां तक फाइनल से दोनों से वाला मुसो लैके गोलियां तक नेचर मुड़ दूर है गले सी रशियन पेपर गबरू दे सी तेरी घरे कनेडा डूंगा वाला है थैंक यू सर थैंक यू तेरी घरे कनेडा मैं सर थैंक यू सर थैंक यू विजय थैंक यू पक्का 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 श्योर बहुत सारा मान सत्कार देके गए ने जी जो स्पॉन्सर ने जी इस कबड्डी टूरनामेंट स्पॉन्सर ने जी सरदार मनदीप सिंह यूके इकबाल सिंह चीमा साहब फिल्म सिटी मकारोपुर भाना सिद्धू कनेडा तो ने जी स्पैशल गैस्ट ने जी भाना सिद्धू सारिया वी आई पी हस्तियों के असं तय दिलों शुक्रगुजार हाँ विजय और कहें बड़े 11 साल बाद करिए जी अन्न पाड़ी लिखिया ही नहीं सी 11 साल बाद इतों की चाह लिखी पर मैं एक गल बहुत वधिया लगी चाह मैं आई तो चाह इन्नी वधिया सी मैं 3 कप कट्ठे पी गाड़ी च बैठ सच्ची बहुत वधिया सी कहिंदे अन्न पाणी जदों स्वाद लगता ना कहिंदे जीव सीस देवे ना देवे आत्मा ते ढिड दियां अंदरां जरूर सीस दिंदियां थैंक यू जरूर जरूर पक्का तेरी घरे कनेडा डूंगा वाला जी जी सर खेतां दे राजे जरूर जी साई अंतरा थैंक यू राजे डॉलर डॉलर हाँ जी हाँ जी आप अपने चर्च गाना ला लीजिए हाँ साई अंतरा आख बापू दे ना लगे समझा के थकी माई थापना याद रखना इस हाथ सारिया गुड विशेष से जो भी मिलो बस थोड़ा जा होर तह होके मिलो फिर अगली बार मिलो उतो तह होके मिलो जो भी मिलो अप टू अप होके मिलो
500 रुपया खेतां दे राजे साढ़े सरदार साहब आए सन, स्थाई अंतरा मिर्जा बाई बाई कह दी दो माड़े जा बाई टाइम तो दे दो बाई बाई लई टाइम तो दे दो हाँ जी पहला खेतां दे राजे की करे बेचारा ट्रिपल ड्यूटी देता है फिर भी तकड़ा है सरदारी है कभी मीरा ना डूब तो डरता
ਏ ਰੱਬ ਸਰਦਾ ਏ ਜਗੇ ਤਾਂ ਦੁਨੀਆਦਾਰੀ ਏ ਕਹਿਰ ਮਸੂਮਤ ਹੱਥ ਮਜਲੂਮਤ ਇਹ ਕੈਸੀ ਸਰਦਾਰੀ ਏ ਦੁਨਦਾ ਏ ਰੱਬ ਸਰਦਾ ਏ ਜਗੇ ਤਾਂ ਕਹਿਰ ਮਸੂਮਤ ਹੱਥ ਮਜਲੂਮਤ ਕਦੇ ਨਹੀਂ ਹਰਦਾ ਰੱਬ ਤੋਂ ਡਰਦਾ ਗੱਲਾਂ ਏ ਸੱਚੀਆਂ ਜਾਰੀਆਂ ਕੱਚੀਆਂ ਤੋੜਨਾ ਚਾਰੀਆਂ ਪਤਰਦੇ ਖਰੀਆਂ ਸੋਹਣਿਆ ਦੁਲਕੁਜਿਆ ਕਹਿੰਦੇ ਪਰ ਜਦ ਸਾਥ ਨਾ ਦੇਵੇ ਤਾਂ ਖੁੱਲ ਜਾਂਦੇ ਨੇ ਭੇਤ ਕੁਝ ਕਿਉਂ ਸਰ ਕਹਿੰਦੇ ਜਦੋਂ ਪੁਲਿਸ ਦਾ ਮਨ ਹੋਵੇ ਨਾ ਫੜੇ ਕਹਿੰਦੇ ਪੁਲਿਸ ਬੰਦੇ ਦੀ ਜੀਵ 'ਤੇ ਵਿਸ਼ਵਾਸ ਨਹੀਂ ਕਰਦੀ ਸੱਚ ਹੈ ਨਾ ਕਹਿੰਦੇ ਆ ਇੱਕ ਕਾਲੀ ਆਨੀ ਇਹਦੇ ਇੱਕ ਅੰਦਰ ਬਰੀਕ ਆਨੀ ਆ ਆਈ ਕਹਿੰਦੇ ਜਿਹਨੂੰ ਝੂਠੇ ਬੰਦੇ ਦੀ ਉਹ ਨਹੀਂ ਟਿਕਦੀ ਜੀ ਅਤੇ ਪੁਲਿਸ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਚੋਰ ਹੈ ਬੰਦੇ ਤੋਂ ਗਲਤੀ ਹੋਈ ਹੈ ਹੁਣ ਰੱਬ ਦੇ ਹਸਬਾਤ ਹੈ ਵੀ ਤੁਸੀਂ ਮਿਹਰਬਾਨ ਹੋ ਜਾਓ ਤਾਂ ਚੰਗੀ ਘੜੀ ਆ ਜਾਓ ਪਰ ਮਾੜੇ ਬੰਦੇ ਨੂੰ ਛੱਡਣਾ ਵੀ ਨਹੀਂ ਚਾਹੀਦਾ ਕਹਿੰਦੇ ਪਹਿਲਾ ਬੱਚਾ ਚਵਾਨੀ ਚੋਰੀ ਕਰਦਾ ਨਾ ਜੇ ਮਾਂ ਪਹਿਲੀ ਵਾਰ ਛੱਡ ਦੂ ਫਿਰ 50 ਪੈਸੇ ਕਰੂੰ ਫਿਰ ਵੀਆ ਕਰੂੰ ਫਿਰ 5 ਰੁਪਏ ਕਰੂੰ ਫਿਰ 100 ਕਰੂੰ ਕਹਿੰਦੇ ਕੋਈ ਵੀ ਮਾੜੀ ਚੀਜ਼ ਹੈ ਜਦੋਂ ਇੱਕ ਪੁਆਇੰਟ 'ਤੇ ਆ ਕੇ ਰੁਕ ਜਾਏ ਤਾਂ ਬਹੁਤ ਵਧੀਆ ਨਹੀਂ ਫਿਰ ਚੱਲ ਸੋ ਚੱਲ ਹੋ ਜਾਂਦੀ ਹੈ ਕਿ ਦੋ ਪਹੀਆਂ ਵਿਸਰ ਗਈਆਂ ਅਤੇ ਸਦਕੇ ਮੇਰੀ ਆਣ ਮਿਲੋ ਸੱਜਣਾ ਸਰ ਥਾਣੇ 'ਚ ਰੱਖਦੇ ਹੋ ਜੀ ਨਹੀਂ ਕੱਲੀਆਂ ਡਾਂਗਾਂ ਨਾਲ ਹੀ ਕੰਮ ਚਲਾ ਲੈਂਦੇ ਹੋ ਇਹਦੇ ਨਾਲ ਹੀ ਜ਼ਿਮਰ ਸਾਹਿਬ ਚੜ ਚੜਦੇ ਮਿਰਜ਼ੇ ਖਾਨ ਨੂੰ ਫਿਰ ਬਾਈ ਬਾਈ ਕਹਿੰਦੀ ਦੋ ਪਹਿਲਾਂ ਬਾਈ 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 ਲਾ ਦੀਏ ਜੀ ਥੈਂਕ ਯੂ ਮੈਨੂੰ ਪੂਰਾ ਨਹੀਂ ਆਉਂਦਾ ਸੱਚੀ ਮੈਂ ਝੂਠ ਨਹੀਂ ਬੋਲਦੀ ਹੁੰਦੀ ਜਿੰਨਾ ਕੁ ਮੈਨੂੰ ਆਉਂਦਾ ਮੈਂ ਜ਼ਰੂਰ ਸਮਝਦੀ ਕਿਉਂਕਿ ਮੈਨੂੰ ਤਾਂ ਐਂ ਲੱਗਦਾ ਵੀ ਮੈਂ ਉਹਦੀ ਸਿਹਾਰੀ ਬਿਹਾਰੀ ਵੀ ਨਾ ਛੱਡਾਂ ਸਾਰੀ ਯਾਦ ਕਰ ਲਵਾਂ ਮੈਨੂੰ ਲੱਗਦਾ ਪਰ ਜਦੋਂ ਮੈਂ ਆਪਦੇ ਪ੍ਰੋਗਰਾਮਾਂ 'ਤੇ ਦਿੰਦੀ ਹਾਂ ਜਾਂਦੀ ਹਾਂ ਫਿਰ ਜਿਵੇਂ ਹੁਣ ਮੇਰੇ ਗੀਤਾਂ ਦੀਆਂ ਫਰਮਾਇਸ਼ਾਂ ਆਈਆਂ ਨੇ ਮੈਂ ਮੱਥਾ ਰੋਜ਼ ਟੇਕਦੀ ਹਾਂ ਥੈਂਕ ਯੂ ਰੋਜ਼ ਕਹਿੰਦੀ ਹਾਂ ਪਰ ਇੱਕ ਗੱਲ ਜ਼ਰੂਰ ਕਹਿੰਦੀ ਹਾਂ ਥੈਂਕ ਯੂ ਦੇ ਨਾਲ ਕਿ ਜਲਦੀ ਆ ਜਾ ਛੇਤੀ ਆ ਵੱਡੇ ਪੈਰੀ ਹੈ ਅਤੇ ਨਿੱਕੇ ਪੈਰੀ ਆ ਜਾ ਅਤੇ ਇਹਦੇ ਨਾਲ ਹੀ ਜੀ ਬਾਈ ਬਾਈ ਕਹਿੰਦੀ ਦੁਨੀਆ
ਅਰਸਾ ਸੀ ਜੱਟ ਚੜ੍ਹਦੇ ਮਰਸੇ ਕਾਣ तू भी आया कोई कुछ नहीं कहती घर वाली तू कहने मैडम ना गया सी तबला छेती बन लिया मुंडे ने मैं तो मर्जे वास्ते इशारा किया चक दे फटे उन्हें तबला ही चकता चलो कोई नहीं चक चक Why is it a high sound?